ਜ਼ਹਿਰੀਲੀ ਦੇਸੀ ਸ਼ਰਾਬ ਦੇ ਨਾਲ ਗੁਜਰਾਤ ਦੇ ਵਿੱਚ ਹੁਣ ਤੱਕ 40 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਵੀ ਗੰਭੀਰ ਹਾਲਤ ਦੇ ਵਿੱਚ ਜ਼ੇਰੇ ਇਲਾਜ ਨੇ ਉੱਥੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਟਾਲਾ ਤੇ ਨੀਡਲੇ ਇਲਾਕਿਆਂ ਦੇ ਵਿੱਚ ਪਿਛਲੇ ਸਾਲ ਐਸੇ ਕਈ ਮਾਮਲੇ ਸਾਹਮਣੇ ਆਏ ਸੀ ਜਦ ਵੱਡੀ ਗਿਣਤੀ ਦੇ ਵਿੱਚ ਲੋਕ ਨਜਾਇਜ਼ ਦੇਸੀ ਸ਼ਰਾਬ ਦਾ ਸ਼ਿਕਾਰ ਹੋਏ ਸੀ ਅਤੇ ਆਪਣੀਆਂ ਜਾਨਾਂ ਗਵਾਈਆਂ ਗਈਆਂ ਸੀ ਕਈਆਂ ਦੀਆਂ ਅੱਖਾਂ ਦੀ ਨਜ਼ਰ ਵੀ ਪ੍ਰਭਾਵਿਤ ਹੋਈ ਸੀ ਉਧਰ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਵੱਲੋਂ ਕਈ ਜਗ੍ਹਾ ਤੇ ਲਗਾਤਾਰ ਛਾਪੇਮਾਰੀ ਕੀਤੀ ਗਈ ਹੈ ਦੇਸੀ ਸ਼ਰਾਬ ਦੇ ਤੰਦੇ ਦਾ ਪਰਦਾ ਫਾਸ਼ ਕੀਤਾ ਗਿਆ ਤੇ ਸ਼ਰਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੀ ਗਈ ਲੇਕਿਨ ਹੁਣ ਆਪਕਾਰੀ ਵਿਭਾਗ ਦੇ ਵੱਲੋਂ ਇੱਕ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕਰਨ ਕੀ ਕਹਿਣਾ ਸੀ ਉਹਨਾਂ ਦਾ ਆਉ ਸੁਣਾਉਂਦੇ ਆ ਤੁਹਾਨੂੰ ਤੁਹਾਨੂੰ ਜਿੱਦਾਂ ਪਤਾ ਹੀ ਹੋਊਗਾ ਕਿ ਕੁਝ ਸਾਲ ਪਹਿਲਾਂ ਬਟਾਲੇ ਚ ਤਰਨ ਤਰਨ ਦੇ ਵਿੱਚ ਕਾਫੀ ਹੂਸ ਟ੍ਰੈਜੇਡੀ ਹੋਈ ਸੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਾਫੀ ਨੁਜਾਨੀ ਮਾਲੀ ਨੁਕਸਾਨ ਹੋਇਆ ਸੀ ਉਹਦੇ ਸਿਲਸਿਲੇ ਚ ਪੰਜਾਬ ਸਰਕਾਰ ਵੱਲੋਂ ਬਹੁਤ ਸਖਤ ਨਿਰਦੇਸ਼ ਸਾਨੂੰ ਪ੍ਰਾਪਤ ਹੋਈ ਆ ਕਿ ਲੋਕਾਂ ਨੂੰ ਜਾਗਰੂਕ ਕਰਨਾ ਹੈ ਰੂੜੀ ਮਾਰਕਾ ਜਿਹਦੀ ਡਿਗਰੀ ਨਹੀਂ ਹੁੰਦੀ ਆ ਜਿਹੜੀ ਹਾਰਮਫੁਲ ਸ਼ਰਾਬ ਹੁੰਦੀ ਆ ਉਹਨੂੰ ਲੈ ਕੇ ਉਹਨੂੰ ਲੈ ਕੇ ਸਾਡੇ ਐਕਸਾਈਜ਼ ਕਮਿਸ਼ਨਰ ਪੰਜਾਬ ਸਾਡੇ ਡੀਸੀ ਐਕਸਾਈਜ਼ ਸਾਹਿਬ ਸ਼੍ਰੀ ਰਾਜਪਾਲ ਜੀ ਸਾਡੇ ਜ਼ਿਲ੍ਹਾ ਇੰਚਾਰਜ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਪਵਨਜੀਤ ਜੀ ਸਾਡੇ ਐਕਸਾਈਜ਼ ਆਫੀਸਰ ਗੌਤਮ ਗੋਵਿੰਦ ਜੀ ਰਜਿੰਦਰ ਤਨਵਰ ਜੀ ਇਨੋਂ ਅਫਸਰਾਂ ਵੱਲੋਂ ਬਹੁਤ ਸਖਤੇ ਨਿਰਦੇਸ਼ਾਂ ਨੂੰ ਦੀ ਪਾਲਣਾ ਕਰਦੇ ਹੋਏ ਅੱਜ ਆਪਾਂ ਇੱਕ ਜਾਗਰੂਕ ਕੈਂਪ ਟਾਈਪ ਮਾਰਚ ਕਰ ਰਹੇ ਹਾਂ ਜਿਦੇ ਚ ਆਪਾਂ ਨੇ ਇੱਕ ਲਾਉਡ ਸਪੀਕਰ ਹਾਇਰ ਕੀਤਾ ਹੋਇਆ ਵਾ ਸਾਡਾ ਸਰਕਾਰ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਸ਼ਰਾਬ ਇਹ ਨਜਾਇਜ਼ ਬਣਾਉਂਦੇ ਆ ਜਿਹੜੀ ਮਾੜੀ ਸ਼ਰਾਬ ਬਣਾਉਂਦੇ ਇਹਦੀ ਡਿਗਰੀ ਕੋਈ ਨਹੀਂ ਹੁੰਦੀ ਆ ਆਲਰੇਡੀ ਐਗਜ਼ਾਮਪਲਸ ਕ੍ਰੀਏਟ ਹੋ ਚੁੱਕੀਆਂ ਆ ਜਿਦੇ ਨਾਲ ਕਿੰਨੀ ਡੈਸਰੀ ਹੋਈ ਆ ਕਿੰਨੇ ਮੋਟਾ ਹੋਈਆਂ ਆ ਕਿੰਨੇ ਲੋਕਾਂ ਦੇ ਸਰੀਰ ਖਰਾਬ ਹੋਏ ਆ ਲੋਕ ਬਲਾਈਂਡ ਹੋਏ ਨੇ ਲੰਗਸ ਖਰਾਬ ਹੋਏ ਨੇ ਤੇ ਇਸ ਰਿਗਾਰਡਿੰਗ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਪਲੀਜ਼ ਇਹਨੂੰ ਬਿਲਕੁਲ ਅਵੋਇਡ ਕਰੋ ਕਿਉਂਕਿ ਇਸ ਦੀ ਕੋਈ ਡਿਗਰੀ ਨਹੀਂ ਆ ਇਹ ਕੋਈ ਮਾਨਤਾ ਪ੍ਰਾਪਤ ਨਹੀਂ ਆ ਔਰ ਇਹਦਾ ਨੁਕਸਾਨ ਹੀ ਨੁਕਸਾਨ ਆ ਸਰਕਾਰਨ ਕੀ ਹੈਦਾ ਐ ਅਲਾਸਮੈਂਟ ਰੈਮ ਹੁਣ ਕਰਦਾ ਹੈ ਇਹਦਾ ਇਹ ਹੀ ਹੈ ਕਿ ਲੋਕੀ ਜਾਗ ਦੇਖੋ ਲੋਕੀ ਜਾਗਰੂਕ ਹੋਣਗੇ ਤੇ ਇਹਦਾ ਯੂਜ਼ ਨਹੀਂ ਕਰਨਗੇ ਜੇ ਫਿਰ ਵੀ ਲੋਕ ਕਰਦੇ ਆਪਾਂ ਅਨਾਉਂਸਮੈਂਟ 'ਚ ਇਹ ਵੀ ਆਪਣਾ ਫੋਨ ਨੰਬਰ ਵੀ ਦੱਸ ਰਹੇ ਆ ਆਪਣੇ ਈਮੇਲ ਆਈਡੀ ਵੀ ਦੱਸ ਰਹੇ ਆ ਕਿ ਜੇ ਕਿਸੇ ਨੂੰ ਪਤਾ ਲੱਗਦਾ ਕਿ ਕੋਈ ਸਪਲਾਈ ਕਰ ਰਿਹਾ ਕੋਈ ਬਣਾ ਰਿਹਾ ਮੈਨੂਫੈਕਚਰਿੰਗ ਕਰ ਰਿਹਾ ਤੁਸੀਂ ਸਾਨੂੰ ਦੱਸੋ ਤੁਸੀਂ ਬਟਾਲਾ ਪੁਲਿਸ ਨੂੰ ਦੱਸੋ ਤਾਂ ਕਿ ਉਹਦੋਂ ਰੋਕਿਆ ਜਾਵੇ ਕਿ ਅੱਗੇ ਜਿਵੇਂ ਗੁਜਰਾਤ 'ਚ ਹੋਇਆ ਪੰਜਾਬ 'ਚ ਪਹਿਲਾ ਹੋਇਆ ਉਹ ਕੰਮ ਨਾ ਹੋ ਸਕੇ ਉਹਨੂੰ ਰੋਕਣ ਵਾਸਤੇ ਇਹੀ ਇਹ ਸਾਰਾ ਪਲਾਨ ਕਰਕੇ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੇ ਇਹਦੇ ਵਿੱਚ ਸਾਨੂੰ ਐਸਐਸਪੀ ਸਾਹਿਬ ਬਟਾਲੇ ਦੀ ਪੂਰੀ ਸਪੋਰਟ ਹੈ ਸਾਡੇ ਐਕਸਾਈਜ਼ ਕਮਿਸ਼ਨਰ ਐਕਸਾਈਜ਼ ਗੁਰਦਾਸਪੁਰ ਰੇਂਜ ਸ਼੍ਰੀ ਪਵਨਜੀਤ ਜੀ ਵੱਲੋਂ ਵੀ ਪੂਰੇ ਨਿਰਦੇਸ਼ਾ ਨਿਰਦੇਸ਼ ਦਿੱਤੇ ਨੇ ਕਿ ਬਿਲਕੁਲ ਸਪੀਅਰ ਨਹੀਂ ਕੀਤਾ ਜਾਣਾ ਜੀ ਜਿਹੜਾ ਵੀ ਇਹ ਕੰਮ ਕਰ ਰਿਹਾ ਤੇ ਆਪਰਾਹੀ ਮੈਂ ਸਾਰਿਆਂ ਨੂੰ ਨਿਵੇਦਨ ਕਰਦਾ ਆ ਕਿ ਅਨਾਉਂਸਮੈਂਟ ਤੁਹਾਡੇ ਵਾਸਤੇ ਹੀ ਆ ਪਲੀਜ਼ ਇਹ ਸ਼ਰਾਬ ਨੂੰ ਅਵੋਇਡ ਕਰੋ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਔਰ ਯਾਤ ਨੂੰ ਲੈ ਕੇ ਨਾ ਹੈ ਜੀ 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 ਰੀਸੈਂਟਲੀ ਤੁਸੀਂ ਵੇਖਿਆ ਹੋਣਾ ਕਿ ਗੁਜਰਾਤ 'ਚ ਕਾਫੀ ਹੂਸਟਰੀਜ਼ ਹੋਈ ਆ। ਕਾਫੀ ਡੈਥ ਰੇਟ ਵਧ ਗਈ ਆ ਤੇ ਸਟਿਲ ਉੱਥੇ ਚੱਲ ਰਹੀ ਆ। ਕਾਫੀ ਲੋਕ ਬਿਮਾਰ ਹੋਏ ਆ, ਬ্লাইਂਡ ਹੋਏ ਆ ਤੇ ਆਪਾਂ ਉਹਨੂੰ ਵੇਖਦੇ ਹਾਂ ਕਿ ਆਪਾਂ ਇੱਕ ਵਾਰੀ ਦੁਬਾਰਾ ਇਹ ਮੁਹਿੰਮ ਚਲਾ ਰਹੇ ਆ ਕਿ ਤੁਸੀਂ ਸਾਰੇ ਲੋਕ ਜਾਗਰੂਕ ਹੋ ਜਾਓ। ਇਹਨੂੰ ਯੂਜ਼ ਨਾ ਕਰੋ। ਜੇ ਕੋਈ ਇਹਦਾ ਯੂਜ਼ ਕਰਦਾ ਆ ਤੇ ਸਾਨੂੰ ਇਹਦੇ ਬਾਰੇ ਦੱਸੋ। ਇਹ ਮੇਰਾ ਮੇਰਾ ਪ੍ਰੋਮਿਸ ਹੈ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਤੁਹਾਡਾ ਨਾਮ ਅਸੀਂ ਗੁਪਤ ਰੱਖਾਂਗੇ ਇਹ ਸਮਾਜ ਭਲਾਈ ਦਾ ਹੀ ਕੰਮ ਹੈ ਜੀ ਜਿੰਨਾ ਆਪਾਂ ਇਹਨੂੰ ਭਲਾਈ ਕਰ ਸਕਦੇ ਆ ਆਪਾਂ ਇਹਨੂੰ ਰੋਕੀਏ ਮਾੜੀ ਸ਼ਰਾਬ ਨੂੰ ਕਿਉਂਕਿ ਇਹਦੀ ਡਿਗਰੀ ਕੋਈ ਨਹੀਂ ਆ ਔਰ ਇਹਦਾ ਨੁਕਸਾਨ ਹੀ ਨੁਕਸਾਨ ਆ ਤੇ ਕਾਈਂਡਲੀ ਇਹਨੂੰ ਬਿਲਕੁਲ ਅਵੋਇਡ ਕਰੋ ਜੀ ਤੇ ਸਾਨੂੰ ਇਹਦੀ ਸੂਚਨਾ ਦਿਓ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਔਰ ਇਹਨੂੰ ਬੰਦ ਕਰਨ 'ਚ ਮੇਰਾ ਔਰ ਡਿਪਾਰਟਮੈਂਟ ਦਾ ਔਰ ਸਰਕਾਰ ਦਾ ਸਹਿਯੋਗ ਕਰੋ ਜੀ ਧੰਨਵਾਦ